ਤਸਵੀਰਾਂ ਭਿਆਨਕ ਸੜਕੀ ਹਾਦਸੇ ਦੀਆਂ ਨੇ ਜਿੱਥੇ ਲੱਕੜਾਂ ਨਾਲ ਭਰੀ ਇੱਕ ਟਰਾਲੀ ਦੇ ਵਿੱਚ ਤੇਜ਼ ਰਫ਼ਤਾਰ ਕਾਰ ਆਣ ਵੱਜੀ ਹੈ ਅਤੇ ਮੌਕੇ ਤੇ ਹੀ ਦੋ ਕਾਰ ਸਵਾਰਾਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਲੱਕੜਾਂ ਨਾਲ ਲੱਦੀ ਹੋਈ ਟਰਾਲੀ ਖਰਾਬ ਹੋ ਗਈ ਸੀ ਜਿਸ ਕਰਕੇ ਇਸ ਨੂੰ ਸੜਕ ਦੇ ਕਿਨਾਰੇ ਖੜਾ ਕੀਤਾ ਗਿਆ ਸੀ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਇਸ ਵਿੱਚ ਆਣ ਵੱਜਦੀ ਹੈ। टक्कर इतनी जबरदस्त हुई कि कार सवार दो लोगों की मौके पर ही मौत हो गई जबकि दो लोग गंभीर रूप से जख्मी हुए ने जो अस्पताल जेरे इलाज ने उन्हों की हालत नाजुक दसी जा रही है। हादसा मोगा रोड के पिंड पीर मुहम्मद के नजदीक वापरिया है जिथे दसिया जा रहा है कि कार दे विच सवार होके ये चार लोग तरन तारण के कस्बा खालड़ा तो लुधियाने वाल जा रहे सन ਅਤੇ ਰਾਹ ਦੇ ਵਿੱਚ ਹੀ ਇਹ ਹਾਦਸਾ ਵਾਪਰਿਆ। ਰਾਹ ਦੇ ਵਿੱਚ ਸੜਕ ਕੰਢੇ ਇੱਕ ਖਰਾਬ ਟਰਾਲੀ ਜੋ ਕਿ ਲੱਕੜਾਂ ਨਾਲ ਲੱਦੀ ਹੋਈ ਸੀ ਖੜੀ ਸੀ ਅਤੇ ਤੇਜ਼ ਰਫ਼ਤਾਰ ਕਾਰ ਹੋਣ ਦੇ ਕਾਰਨ ਸੰਤੁਲਨ ਵਿਗੜ ਗਿਆ ਤੇ ਕਾਰ ਸਿੱਧਾ ਹੀ ਟਰਾਲੀ ਦੇ ਵਿੱਚ ਜਾ ਕੇ ਵੱਜੀ ਜਿਸ ਕਾਰਨ ਕਾਰ ਸਵਾਰ ਚਾਰ ਵਿਅਕਤੀਆਂ ਦੇ ਵਿੱਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਉਧਰ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਵੀ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।